ਰਾਹਾਂ ਕੁਦਰਤੀ ਪਰ ਸਮੁੰਦਰ ਮੈਂ ਕਨੂੰ ਪਿੰਦਨ ਬੜੀਆਂ ਜ਼ਿੰਦਗੀਆਂ ਹੋ ਗਈਆਂ ਤੁਸੀਂ ਜੀਓ। ਮੈਂ ਕਤਰਾ ਹਾਂ ਕੁਦਰਤੀ ਪਰ ਸਮੁੰਦਰ ਮੈਂ ਕਨੂੰ ਪਿੰਦਨ ਜਵਾਹਿਰ ਲਾਲ ਮੋਤੀ ਸੀਪ ਗੌਹਰ ਮੈਂ ਕਨੂੰ ਪਿੰਦਨ ਓ ਮੇਰਾ ਈਮਾਨ ਕੁੰਜੀ ਹੈ ਸਲੂਨੀ ਦੇ ਖਜ਼ਾਨੇ ਦੀ ਅਲੀ ਦੇ ਦਰ ਤੂੰ ਮੈਂ ਪਿੰਦਾ ਸਿਕੰਦਰ ਮੈਂ ਕਨੂੰ ਪਿੰਦਨ ਯਾ ਅਲੀ ਵਲੀ ਇਹ ਹੱਥ ਸਲਾਮਤ ਹੋਵੇ ਸੰਜੀਓ ਤੁਹਾਡੇ ਬੱਚੜੇ ਜਿਵੇਂ ਤੇਰਾ ਰਜਬ ਉਲ ਮੁਰਜਬ ਹਲਾਲੀਆਂ ਦਾ ਇਮਾਮ ਆਏ ਸਿਰੂ ਨੰਗਿਆਂ ਦਾ ਇਮਾਮ ਆਏ ਅਸਾਂ ਸਿਰੂ ਨੰਗੇ ਝੱਲੇ ਨਹੀਂ ਪਾਗਲ ਨਾ ਦੀਵਾਨੇ ਨਾ ਏ ਹਰ ਕਾਇਮ ਕੋ ਇਮਾਮ ਨਾ ਏ ਮੰਦੇ ਅਸਾਂ ਇਮਾਮ ਹੁਕੂ ਮੰਨਦੇ ਹਾਂ ਜਿਹੜਾ ਆਪਣੀ ਮਾਂ ਦਾ ਹੀ ਇਮਾਮ ਹੋਵੇ ਆਪਣੇ ਬਾਪ ਦਾ ਹੀ ਇਮਾਮ ਹੋਵੇ। ਬਿਸਮਿਲਾ ਜੀ ਸਰਦਾਰ ਜੀ ਭਾਈ ਮੁਖਤਾਰ ਹੁਸੈਨ ਜ਼ਿੰਦਗੀਆਂ ਗਾਜ਼ੀ ਰੰਗ ਲਾਵੇ ਤੇਰਾ ਰਜਬ ਉਲ ਮੁਰਜਬ ਹਲਾਲੀਆਂ ਦਾ ਇਮਾਮ ਆਏ ਸੁਨੀਆਂ ਸ਼ੀਆਂ ਦਾ ਸਾਂਝਾ ਇਮਾਮ ਆਏ ਤਵੱਜੋ ਹੈ ਅਲੀ ਬਾਦਸ਼ਾਹ ਨੂੰ ਮਨ ਅਲੀ ਬਾਦਸ਼ਾਹ ਨੂੰ ਸੋਚਣਾ ਸੋਚਣ ਵਾਲਾ ਸ਼ੈਤਾਨ ਬਣੇ ਮੰਨਣ ਵਾਲਾ ਸੁਲੇਮਾਨ ਬਣੇ ਮੁਸਲਮਾਨ ਤੇਰੇ ਅਕਲ ਤੂੰ ਹੈਰਾਨ ਆ ਤੈਂ ਮਾਂ ਦੇ ਆਖੇ ਲੱਗ ਕੇ ਪਿਓ ਤਾਂ ਮੰਨ ਲਿਆ ਨਬੀ ਦੇ ਆਖੇ ਲੱਗ ਕੇ ਅਲੀ ਨੂੰ ਮੰਨਿਆ ਸਲਵਾਤ ਪੜ੍ਹੋ ਬਾਵਾ ਜ਼ੇ ਬੁਲੰਦ ਅੱਲਾ ਆਸ਼ਿਕ ਹੁਸੈਨ ਮਲਾਹ ਦੁਆ ਕਰੋ ਅੱਲਾ ਇਸ ਨੂੰ ਸਿਹਤ ਏ ਕਾਮਲਾ ਤਾ ਫਰਮਾਵੇ ਆਸ਼ਿਕ ਹੁਸੈਨ ਮਲਾਹ ਅੱਲਾ ਸਿਹਤ ਦੇਵੇ ਜਿਤਨੇ ਮਰੀਜ਼ ਟੁਰਾਇਓ ਅੱਲਾ ਸਿਹਤ ਕਾਮਲਾ ਤਾ ਫਰਮਾਵੇ ਮੈਂ ਕਰੋ ਬਾਈ ਸੁਣਵਾ ਕੇ ਇੱਕ ਕਥਾ ਸੁਣਵਾ ਕੇ ਮੈਂ ਨੌਕਰੀ ਦਾ ਆਗਾਜ਼ ਸ਼ੁਰੂ ਕਰਨੇ ਤੁਸੀਂ ਮੇਰੇ ਨਾਲ ਰਲਣੇ ਤਾਂ ਮੈਂ ਪੜ੍ਹਨੇ ਚੁੱਕੇ ਸਾਈ ਚਾਵਾਂ ਨਾ ਲਿਓ ਗਿਰਦ ਨਿਵਾ ਦੇ ਮੋਮਨੋ ਮੈਂ ਕੁਛ ਬੰਦਿਆਂ ਦੇ ਨਾਂ ਹੀ ਜਾਣਦਾ ਅਤੇ ਮੈਂ ਸਾਰਿਆਂ ਦਾ ਨਾਂ ਨਾ ਚਾਵਣ ਲੱਗ ਪਵਾਂ ਤੁਸੀਂ ਦੇਖੋ ਮੈਂ ਇੱਧਰ ਇੱਥਾਂ ਮੈਂ ਜ਼ਾਕਰੀ ਸਿੱਖੀਏ ਇੱਥਾਂ ਮੈਂ ਜ਼ਾਕਰ ਬਣਿਆ ਜ਼ਾਕਰੀ ਨਾਜ਼ ਨਹੀਂ ਅੱਲਾ ਤੁਹਾਡੀਆਂ ਜ਼ਿੰਦਗੀਆਂ ਕਰੇ ਗਾਜ਼ੀ ਰੰਗ ਲਾਵੇ ਜ਼ਿੰਦਾ ਸਲਾਮਤ ਰਹੋ ਤੇਰਾ ਰਜਬ ਉਲ ਮੁਰਜਬ ਹਲਾਲੀਆਂ ਦਾ ਇਮਾਮ ਆਇਆ ਸ਼ਾਇਰ ਨੇ ਕਲਮ ਚਾਇਆ ਬਈ ਕੁਛ ਲਿਖੀਏ ਉਸ ਪਹਿਲੇ ਤੇਰਾਂ ਲਿਖਿਆ ਪਹਿਲੇ ਇੱਕ ਅੱਗੇ ਤਿੰਨ ਅੱਗੇ ਰੇ ਅੱਗੇ ਜੀਮ ਅੱਗੇ ਬੇ ਇਹ ਰਜਬ ਬਣਾਇਆ ਸੀ ਵਤ ਕਲਮ ਰੁਕ ਗਿਆ ਜ਼ਿਹਨ ਹੀ ਅਟਕਾ ਗਿਆ ਰਹਿਮਾਨ ਅੱਲਾ ਤੇਰਾਂ ਰਜਬ ਮੈਂ ਲਿਖ ਤਾਂ ਬੈਠਾ ਲੇਕਿਨ ਬਾਰਾਂ ਮਹੀਨੇ ਆਪ ਬਣਾਏ ਨਹੀਂ ਹਰ ਮਹੀਨੇ ਦੀ ਤੇਰਾਂ ਨਾਸ ਬਣਾਈ ਆਈ ਰਜਬ ਦੀ ਛੀਆਂ ਵਾਸਤੇ ਰਾਸ ਬਣਾਈ ਆਈ ਛੀਆਂ ਵਾਸਤੇ ਬਿਸਮਿਲ੍ਲਾ ਰਾਸ 'ਚ ਬਣਾਈ ਆਈ ਸ਼ਹਿਰਾਂ ਦੇ ਅੱਗੇ ਮੈਂ ਲਿਖਾਂ ਕਿਆ ਚਲੋ ਇਸੇ ਤੇਰਾਂ 'ਤੇ ਰੋਸ਼ਨੀ ਪੈਂਦੇ ਆ ਉਸ ਤੇਰਾਂ 'ਤੇ ਰੋਸ਼ਨੀ ਪਾਈਏ ਜਨਾਬ ਦੇ ਸਾਹਮਣੇ ਪੇਸ਼ ਕਰਨ ਲੱਗਾ ਸ਼ਹਿਰਾਂ ਦੇ ਜ਼ਰਾ ਲਿਖ ਕੇ ਦੇਖ ਤੂੰ ਤੇਰਾਂ ਕੂੰ ਪਹਿਲੇ ਇੱਕ ਅੱਗੇ ਤਿੰਨ ਬੋਲੋ ਜ਼ਰਾ ਲਿਖ ਕੇ ਦੇਖ ਤੂੰ ਤੇਰਾਂ ਕੂੰ ਟੁਰ ਪਾਉਂਦੀ ਹੈ ਸਿੱਖ ਹਿੱਕ ਪਾਸੇ ਬੋਲੋ ਥੱਕੇ ਬੈਠੇ ਹੋ ਜ਼ਰਾ ਲਿਖ ਕੇ ਦੇਖ ਤੂੰ ਤੇਰਾਂ ਕੂੰ ਟੁਰ ਪਾਉਂਦੀ ਹੈ ਸਿੱਖ ਹਿੱਕ ਪਾਸੇ ਅੱਗੇ ਦੇਖ ਕਿਆ ਖੂਬ ਜ਼ਵਾਰ ਸਬੂਤ ਖੜੇ ਤ੍ਰੈ ਹਿੱਕ ਪਾਸੇ ਹਿੱਕ ਹਿੱਕ ਪਾਸੇ ਕਿਆ ਬਾਤ ਏ ਤੁਹਾਡੇ ਸੁਣਨ ਦਾ ਕਿਆ ਕਹਿਣਾ ਪੜ੍ਹੋ ਸਲਵਾਤ ਨੌਕਰੀ ਸ਼ੁਰੂ ਕਰੀਏ ਜੀ ਵਾਤਾ ਖਾਂ
اچھا جی پھر رکھ دیں پھر رکھ دیں اب پڑھن دیو بابا پڑھن دیو کوئی نہ ہاں ہاں ذرا لکھ کے دیکھ تو تیرا کو تر پاندی ہے سکھ ایک پاسے کیا خوب زوار ثبوت کھڑے ترے ایک پاسے ایک ایک پاسے تے بابا اٹھے اس واسطے تہاڈا ذہن تھوڑا جا اکتا گے میں ایک روبائی ہور پڑھداں توجہ ہے پڑھا چا ایک کتا ہور پڑھ دے ماں عظیم تحفہ جلی نہ دیندا سن دے بیٹھے ہو عظیم تحفہ جلی نہ دیندا ولا نہ دیندا ولی نہ دیندا زوار دا ساڈا کیا بنے ہا جے اللہ ساکو علی نہ دیندا ایک سلوات پڑھو بابا اعوذ باللہ من الشیطان الرجیم بسم اللہ الرحمن الرحیم سلوات الحمد للہ رب العالمین الصلاۃ والسلام علی اشرف الانبیاء والمرسلین صلوات ثم الصلاة والسلام على من كان نبيا آدم بين الماء والتين صلوات بسم الله الرحمن الرحيم اللهم انی اسالک بحق یا بنت مظاہم آسن لی الحسین علیہ السلام صلوات خاندان تتہی جویں لائق صلوات سونی جائی صلوات سیدہ دے جو پوچھ دا ہمیں گل خاص پوچھیں بسم اللہ اے گل عام تنز میں لائی ہن میں دساں یا اے بولے جڑی تائیں تصویر بولو تو صحیح دکھائی سیدہ دے دم ہے میں کو جان دا ہے ایکو ہوا اساں ملائی بیا نودی کشتی بمر وچوں میرے بابے آن بچائی چلو سونا سونا لے تہاڈیاں زندگیاں غازی رنگ لاوے ایک تصویر نائی دو تصویراں نال کتاباں والے لکھ دین 313 تصویراں اس 313 تصویراں کو لائن وچ لوائے پوچھنا کی دے سے ہکے نو جان دیو جے سارے نو امام دی دید پائی تصویراں تے
ਤਸਵੀਰਾਂ ਨੇ ਅਦਬ ਦਾ ਸਰ ਝੁਕਾਏ। ਇਮਾਮ ਦੀ ਤਾਰੀਫ ਹੈ, ਬੇਨੁਤਕ ਚੀਜ਼ ਨਾਲ ਗੱਲ ਕਰੇ, ਬੇਨੁਤਕ ਚੀਜ਼ ਜਵਾਬ ਦੇਵੇ। ਪੱਥਰਾਂ ਤੋਂ ਜਵਾਬ ਲੈਣ ਤਾਂ ਲੈ ਸਕਦੇ ਨਾ, ਬੋਲੋ। ਇਮਾਮ ਦੇ ਚਿਹਰੇ 'ਤੇ ਮੁਸਕਰਾਹਟ ਦੀ ਲਹਿਰ, ਯਕੂਤੀ ਲਮ ਤਹਰਕੀ ਤੇ ਹੁਰੀਅਤ ਇਸਲਾਮ ਦਾ ਦੂਸਰਾ ਤਾਜਦਾਰ। ਤਵਜ ਹੈ ਵਾਲੀ ਰੂਮ ਦੇ ਮੁਖਾਤਿਬ ਹੋ ਕੇ ਜਿਹੜੀ ਗੱਲ ਕੀਤੀ, ਉਸ ਆਖਿਆ ਨਾ ਇਹਨਾਂ ਸਾਰਿਆਂ ਨੂੰ ਜਾਣਦੇ ਹੋ, ਸਯਾਦਾ ਦਾ ਇਹਨਾਂ ਸਾਰਿਆਂ ਦੀ ਵਿੱਚ ਮੁਸ਼ਕਲ ਦੇ ਮੇਰੇ ਪਿਓ ਕੀਤੀ ਇਮਦਾਦ। ਅਸਾਂ ਰੱਬ ਦੇ ਕੁਰਬ ਦੇ ਵਿੱਚ ਰਹਿ ਕੇ ਸੁਣੀ ਹਰ ਇੱਕ ਦੀ ਫਰਿਆਦ। ਸਯਾਦਾ ਦਾ ਇਹਨਾਂ ਸਾਰਿਆਂ ਦੀ ਕੁੱਲ ਜ਼ਿੰਦਗੀ ਦਾ ਮੈਂ ਕੋ ਹਰ ਇੱਕ ਲਮਹਾ ਯਾਦ। ਕਿਵੇਂ ਭੁੱਲ ਸੰਗਦਾ ਉਹਦਾ ਪੁੱਤਰ ਹਮੈਂ ਜਿਹੜਾ ਮਲਕਾਂ ਦਾ ਉਸਤਾਦ। ਚਲੋ ਪੀ ਡਿਓ ਬਾਓ, ਤੁਸੀਂ ਪੀ ਡਿਓ ਦੇ ਵੈਸੋ ਤਾਂ ਮੈਂ ਵਧਾਈ ਵੈਸਾਂ। ਦੇਖੋ ਮੈਂ ਦਹਿਰ ਮੈਂ ਇੱਕ ਰੁਬਾਈ ਹੋਰ ਹੀ ਪੜ੍ਹਦਾ। ਜਿਹੜੇ ਹੱਥ ਬੱਧੀ ਬੈਠੇ ਹੋ ਸਾਥੀ ਦੇ ਹੱਥ 'ਚ ਹੱਥ ਪਾ ਲਓ, ਬਈ ਅਮੀਰ ਹੁਸੈਨ ਨਾਲ ਨਹੀਂ ਬੋਲਣਾ। ਉਹਨੂੰ ਆਖਿਆ ਅੱਛਾ ਇਹ ਸਾਰਿਆਂ ਨੂੰ ਜਾਣਦੇ ਹੋ, ਤਸਵੀਰਾਂ ਨੇ ਅੱਧਾ ਅੱਧਾ ਸਰ ਝੁਕਾਇਆ। ਇਮਾਮ ਜਵਾਬ ਦਿੱਤਾ ਅਤੇ ਵਾਪਸ ਹੋਲੇ। ਜਦੋਂ ਵਾਪਸ ਹੋਲੇ ਵਾਲੀ ਰੂਮ ਤੋਂ ਕੁਰਸੀ ਛੁੱਟ ਗਈ, ਪੱਗ ਦੇ ਪੇਚ ਖੁੱਲ੍ਹ ਕੇ ਗੱਲ 'ਚ ਨਾ ਲੈਣ ਪਾਉਣੀ ਭੁੱਲ ਗਿਆ। ਦੌੜ ਪਿਆ ਅੱਗੇ ਇਮਾਮ ਅਤੇ ਪਿੱਛੇ ਖਾਕੀ ਇਨਸਾਨ। ਇਹਦੀ ਜ਼ਰੂਰਤ ਆਈ ਜੇ ਪਹੁੰਚ ਹੋਈਆਂ, ਇਮਾਮ ਨੂੰ ਪਹੁੰਚ ਨਾ ਹੀ ਸਕਦਾ। ਇੰਜ ਹੱਥ ਜੁੜ ਗਏ ਇਮਾਮ ਦੇ ਮੁਖਾਤਿਬ ਹੋ ਕੇ ਵਾਲੀ ਰੂਮ ਅਦੇ ਮਾਂ ਦੀ ਸਦਾਕਤ ਦਾ ਵਾਸਤਾ ਹੀ ਕਦਮ ਰੋਕ। ਇਮਾਮ ਦੇ ਕਦਮ ਰੁਕ ਗਏ। ਇਮਾਮ ਫਰਮਾਇਆ ਕੁਰਸੀ ਕਿਉਂ ਛੁੱਟੀ ਆਈ, ਨਾ ਲੈਣ ਪਾਵਣੀ ਭੁੱਲ ਗਏ, ਪੱਗ ਦੇ ਪੇਚ ਖੁੱਲ੍ਹ ਕੇ ਗੱਲ 'ਚ ਕਿਉਂ ਆ ਗਏ ਤੀ, ਕੋਈ ਸਵਾਲ ਬਾਕੀ ਦੌੜ ਕੇ ਕਿਉਂ ਆਏ। ਹੱਥ ਜੋੜ ਕੇ ਇਮਾਮ ਦੇ ਮੁਖਾਤਿਬ ਹੋ ਕੇ ਜਿਹੜੀ ਗੱਲ ਕੀਤੀ ਹੈ, ਆਦੇ ਤੁਹਾਡੀ ਸੂਰਤ ਵਿੱਚ ਰੱਬ ਦਿਸਦੇ। ਇਹ ਸਲਾਮਤ ਮੈਨ ਮੈਂ ਕੂੰ ਰਾਜ ਕੇ ਸ਼ਕਲ ਦਿਖਾਈ ਵਣ ਤੜਾ ਵੇਖਣਾ ਐਨ ਇਬਾਦਤ ਹੈ ਇਹ ਸ਼ਰਫ ਨਸੀਬ ਕਰਾਈ ਵਣ ਆਦੇ ਤੜੀ ਸੂਰਤ ਵਾਂਗ ਵਾਂਗ ਮੁਹੰਮਦ ਦੇ ਹੱਥ ਪੇਰ ਮੈਂ ਕੂੰ ਚੁਮਵਾਈ ਵਣ ਮੈਂ ਦੀਨ ਤੇਰਾ ਮਨਜ਼ੂਰ ਕੀਤਾ ਮੈਂ ਕੁਦੀਨ ਦੇ ਸਬਕ ਪੜ੍ਹਾਈ ਵਾਈ ਹੈ। ਚਲੋ ਮਿਲ ਗਏ ਨਾਲ, ਕੁਛ ਰਲ ਗਏ ਨਾਲ, ਤਾਂ ਮੈਂ ਜਨਾਬ ਨੂੰ ਮੁਸੱਦਸ ਦੀਆਂ ਦੋ ਲੈਣਾ ਸੁਣਾਵਾਂ। ਹਰ ਬਾਸ਼ੌਰ ਫਰਦ ਤੇ ਸਾਨ ਸੈਣ
ولی بسم اللہ کیا بات ہے بھائی بولو کیا کہنا تھوڑے سنن دا مشکور تے ممنون اللہ تھوڑی زندگیاں دراز فرماوے زیرو میٹر قصیدہ پہ سنوانا اللہ سانگا بنائے جو میمان دا اللہ سانگا بنائے جو میمان دا اللہ سانگا اللہ زندگی آوان بہو وڈا ذاکر زندگی آوان اللہ حیاتیاں کرے میرا فخر تے ناز علی رضا زندگی ہوئے توجہ ہے بھائی بسم اللہ تھوڑی زندگی آوان غازی رنگ لاوے قبلہ شاہ صاحب یہ ساریاں سنیاں نہیں میں جناب دے سامنے قصیدہ شروع کیتا ہے قبلہ شاہ صاحب میں ثانی شعر پڑھ کے پتہ کرنا ہے کون حاضر ہے کون غیر حاضر میم تو مراد محمد عین تو مراد علی تو میں جناب دے سامنے سانگے پیش پیا کردا پوری توجہ اللہ سانگا بنائے جن میمان دا اللہ سانگا بنائے بسم اللہ کا بھلا میمان دا اللہ سانگا بنائے جن میمان دا ایویں سانگا اے دوجھا غازی حسین دا بسم اللہ بسم اللہ بابا جی اچھا جی اللہ سانگا بنا جو میمان دا اللہ سانگا بنا بابا جی جدا کر کے اللہ بادشاہ ہوئے سانگا بنایا ہے دوویں بھراواں دا اے سانگا دو بھرا ہن تے دوجا سانگا اے حسین تے بادشاہ سرکار عباس میرے سنی شیعہ بھائیاں میں شیر سناونا چاہنا پہلی لائن وچ پہلے دوویں بھراواں دی شان سناونی ہے دوجی لائن وچ دوجے دوواں بھراواں دی شان سناونی ہے جڑا حاضر بیٹھا ہو سی مینوں پتہ لگ ویسی تسنو بناوٹ دا قائل نہ جڑے بندے حاضر بیٹھے ہو پوری توجہ ادا کری گل پیا میم تے عین کو خالق نے عرشاں تے منگوایا عرشاں تے منگوایا پر شبیر تے غازی اللہ کربل وچ بلوایا اللہ سانگا بنائے ہائے 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 کیا بات ہے طاہر بھائی زندگیاں جیندے رہو جے سونا سونا لے تے شیر او وکیل صاحب شیر او پڑھن لگا جڑے حاضر بیٹھے ہو اے شیر بندہ پڑھے پہاڑا تے پہاڑ بول پاندے توجہ ہے جنگلاں چ بندہ پڑھے تے درخت بول پاندے بندیاں چ بندہ پڑھے تے جڑا نہ بولے دل میرا کردا ہے وہ اس بندے دے کول ونجاں اس بندے دا موڈا لا کے آکھاں اسما افہم
ਪਤਾ ਨਹੀਂ ਜੀਂਦਾ ਹੀ ਹੈ ਜਾਂ ਨਾ, ਤਵੱਜੋ ਹੈ ਲੇਕਿਨ ਇਹ ਲਫ਼ਜ਼ ਅਸਾਂ ਜੀਂਦਿਆਂ ਨੂੰ ਆਦਿਆਂ ਮੋਇਆਂ ਨੂੰ ਨਾ ਆਦੇ। ਜਿਹੜਾ ਸੁਣਦਾ ਹੋਵੇ ਅਤੇ ਸਮਝਦਾ ਹੋਵੇ। ਮੈਂ ਹੁਣ ਦੇਖਣਾ ਚਾਹੁੰਦਾ ਪੀੜਾ ਉਹ ਪਾਓ ਜਿਹੜੇ ਬੰਦੇ ਨਹੀਂ ਪੈ ਬੋਲਦੇ, ਸਾਥੀ ਦੇ ਹੱਥ 'ਚ ਹੱਥ ਪਾ ਪਾਓ, ਜ਼ਿੱਦ ਕਰ ਲੈ ਅਮੀਰ ਹੁਸੈਨ ਨਾਲ ਨਹੀਂ ਬੋਲਣਾ। ਮੈਂ ਸ਼ੇਰ ਪੜਾਂ ਤੇ ਹੋ ਨਹੀਂ ਸਕਦਾ, ਤੂੰ ਬੋਲ ਨਹੀਂ ਪੂਰੀ ਤਵੱਜੋ। ਮਿੰਬਰ ਪਲਾਣ ਤੇ ਹੈ ਸਰਵਰ ਹੱਥ ਵਿਖਾਇਆ, ਮਿੰਬਰ ਪਲਾਣ ਤੇ ਹੈ ਦਰਦਾ ਜਿਵੇਂ ਸਰਵਰ ਹੱਥ ਵਿਖਾਇਆ, ਪਾਕ ਹੁਸੈਨ ਨੇ ਕਾਜ਼ੀ ਦਾਈ ਘਰ ਘਰ ਅਲਮ ਲਵਾਇਆ, ਅੱਲਾ ਸੰਗਾ ਬਣਿਆ। ਬੋਲੋ ਹੱਥ ਖੜੇ ਕਰਕੇ, ਬਿਸਮਿਲ੍ਲਾ ਬਿਸਮਿਲ੍ਲਾ। ਮੈਂ ਦਰਵਾਜ਼ੇ 'ਤੇ ਆਇਆ ਅਤੇ ਮੈਨੂੰ ਭਾਈਜਾਨ ਇੱਕ ਆਖੇ ਵੀ ਸਾਡੇ ਬੁੱਢੜਿਆਂ ਦਾ ਵੀ ਕੋਈ ਹਿੱਸਾ ਹੈ, ਉਹ ਵੀ ਜ਼ਰੂਰ ਪੜਾਏ ਅਤੇ ਪੜ੍ਹੀ ਉਹ ਵੀ। ਮੁਸ਼ਕਲ ਦੇ ਫਿਰ ਅਲੀ ਬਿਲ ਕੋਈ ਸਾ ਨਹੀਂ ਹੁੰਦਾ, ਕਿਆ ਬਾਤ ਹੈ ਜੀ। ਜ਼ਿੰਦਗੀਆਂ ਮਾਨ ਮੈਡਾ ਜ਼ੋਰ ਲੱਗੇ ਤਾਂ ਤੁਹਾਡਾ ਲੱਗਣਾ ਚਾਹੀਦਾ, ਤਵੱਜ ਹੈ ਨਾ। ਵਿੱਚ ਮੁਸ਼ਕਲ ਦੇ ਫਿਰ ਅਲੀ ਬਿਲ ਕੋਈ ਸਾਰਾ ਨਹੀਂ ਹੁੰਦਾ, ਮੁਸ਼ਕਲ ਦੇ ਫਿਰ ਅਲੀ ਬਿਨ ਕੋਈ ਸਹਾਰਾ ਨਹੀਂ ਹੁੰਦਾ, ਵਿੱਚ ਮੁਸ਼ਕਲ ਦੇ ਫਿਰ ਅਲੀ ਬਿਨ ਕੋਈ ਸਹਾਰਾ ਨਹੀਂ ਹੁੰਦਾ, ਪੰਜਾਂ ਤੇ ਬਾਰਾਂ ਤੇ ਚੌਦਾਂ ਸਿਵਾ ਨਫੀਆਂ ਦਾ ਗੁਜ਼ਾਰਾ ਨਹੀਂ ਹੁੰਦਾ। ਬਿਸਮਿਲ੍ਲਾ। ਅੱਲਾ ਮੁਜ਼ੱਈਨਾਂ ਦੀ ਜ਼ਿੰਦਗੀ ਦਰਾਜ਼ ਕਰੇ, ਅੱਲਾ ਵਸੀ ਰਿਜ਼ਕ ਦੇਵੇ। ਮੈਨੂੰ ਪਹਿਲੇ ਸਾਨੀ ਸ਼ਹਿਰ 'ਤੇ 500 ਰੁਪਈਆ ਇਨਾਮ ਮਿਲੇ, ਇਹ 5 ਕਰੋੜ ਹੈ। ਤੁਹਾਡੀਆਂ ਜ਼ਿੰਦਗੀਆਂ ਹਨ ਜਿਹੜੇ ਹੱਥ ਬੱਧੀ ਬੈਠੇ ਹੋ ਖੱਸਣ ਨਾ ਆ ਵਜਾਏ, ਤੁਸੀਂ ਜਿਹੜੇ ਹੱਥ ਆਈ ਬੱਧੀ ਬੈਠੇ ਹੋ ਨਾ, ਤੁਹਾਡਾ ਕੋਈ ਪਤਾ ਨਹੀਂ ਆਉਂਦਾ। ਦੇਖੋ ਮੈਂ ਦੇਰ ਇਹ ਤੁਹਾਡੇ ਜਨ ਤੁਹਾਡੀਆਂ ਜ਼ਿੰਦਗੀਆਂ ਹਨ। ਮੈਂ ਸ਼ੇਰ ਪਿਆ ਪੜਦਾ, ਰੱਬ ਕੋ ਮਿਲਣੇ ਆ ਮਿਲਵਾਵਾ, ਤੇ ਕੋ ਰੱਬ ਦਾ ਘਰ, ਰੱਬ ਕੋ ਮਿਲਣੇ, ਰੱਬ ਕੋ ਮਿਲਣੇ ਆ ਮਿਲਵਾਵਾ। ਹੱਥ ਤਾਂ ਕਰੇਂਦਾ ਬੈਠੇ, ਉਹਦੇ ਵੰਜਣਾ ਔਖਾ ਹੁੰਦੇ। ਤੇ ਕੋ ਰੱਬ ਦਾ ਘਰ, ਬੋਲੋ ਰੱਬ ਕੋ ਮਿਲਣੇ ਆ
दिखला रब को मिल रहे पहुंचता सही तक कुकी में नजारा बिस्मिल्लाह कोई हम सरलीदा तुर गया लाकर दिखा तो सही कोई हम सरलीदा दिखा तो सही मेरे मौला दे नाल रला तो सही कोई हम सरलीदा हर जंग दे सर मोरी अली जगम गफार हर जंग दे सर मोरी अली जगम गफार पर फलक मलक कादर अली शायद रफ्तार पर फलक मलक कादर अली शायद रफ्तार हम मनु की वतना यार सेबगार हम मैं प्यादा खामोश क्यों मदनाल अला सदके हे जिथ जिथ पियो सुरादा आज मर्दी नाल मैं आवना होंदा आंदी कल मैं जानदा रोवण जो आए जेडे रोवण आयो धीया दे परदे उनी जंदे दिल दे विच कबर ए हुसैन वाला दा खामोश हे क्यों मेरे नाल अला हे जिथ जिथ पियो सुरादा जे मर्दी नाल मैं आवना होंदा आंदी गल मैं जानदा तू तो रोवण आए बीबिया दी अंदर देख नहीं मिलिया वक्त ज्यादा ओ तनु कफन पवाइया जान वीर उन कुछ बचदा आया उन दी मां सर भाई सदके बाबा सोना रो बैठा है जी मैं ना करा तनु कफान पवाइया रोल कुछ बचदायान दी सदके रज करा बड़ी मनोरी आली मजलस है बड़ी रूहानियत है मजलस दे अंदर मेरे सुन्नी शिया भाई आओ अच्छा खामोश क्यों मेरे नाल अल्लाह हे जिथ जिथ पियो सुरादा जे मर्दी नाल मैं आवड़ा होंदा आंदी कल मैं जानदा रोवण नाल तां कर दे तड़े गात लदू मैं पूछ के आईया नहीं मिलिया वक्त ज्यादा तनु कफन पवाइया जानवीरों कुछ बचदा आन
آن دی مادا بی بی آزی میری چادر لٹی گئی ہے میرا اٹھا سامان سمیت سامان لٹا نے صدکے بابا جی او زیور پوائے نے نالے کھتھا دے بڑے ہوئے لے کھتھا آئے میں قربان ہو جاؤں دنیا دے پردیوں نہیں اٹھ اپنے کولوں او پیش کی تین جڑے سواری دے قابل نہ انجن سمجھو میں میرے بعد ہی میں ہی پڑھنے حق بندا ہی تو ساں تو ساڈا جے دو بندے تو پہلے میں کو پڑھاوو ہا حضرت ایک بزم دیاں انجے سمجھو او بھی میں پڑھدا کھلوتا میرے بعد ہی میں ہی پڑھنا ہے دعا سوا جاوے نجات سبب بن جاوے اپنے کولوں اٹھو پیش کیتے لیں جڑے سواری دے قابل نہ ہیں باویں جو بے زبان نان روندیاں ہیں تبلیندیاں حیوان دیاں اکھی وسدیاں بی بی آدیا سجاد بجڑا منو ڈرس تو سہی ہے حیوان اے اپنی زبان بے زبانی نال بولیں دین تو امام بولیاں جان دے تو منو ڈرس اے ہک بینو آدے کیا ہیں رون دے کیوں ہیں سیادہ دے نروہ حیوان اکبر نوازن ابال قدم نہ چوائے اے امن دیاں پلیاں ہوئیل آئے تا کر چاہ آئے میں صدقے بین پلان اٹھ جڑے سید بیٹھے ہو من معاف کرے سو ہاتھ انج ردھے ہیں یا انجن بولو ہاتھ انج ردھے ہوئے بین پلان اٹھا تے سوار مقتل گائے چو گزر ہوئے سن دے ران دے ایک ایک وین دی اجازت ملی جدہ وین دی اجازت ملی ہے بی بیا دی سجاد بچڑا ماں بل بلا میں بھرا ہو دا ماتم ہی کرنے تے وین ہی کرنے میں دی سین ماں بل تو لتھی کی میں ایک بابا محمد حیات اپنے آپ نو نسہری سڑیں دے شہر آئی بند لکھ دائی پکی شاہ مردان دا واسی آئی بابا جی 84 سال دا بڑھڑائی اسا خمیر حسین میں زندگی ساری بند لکھے تے باب خادم حسین شاہ 38 آلے نو لکھ کے دیتے او پڑھ دی آئین تا مومن رون دی آئین امیر حسین ہون میں سچیں درانا میں بند کائکوں لکھ دی وہاں تو میرے سامنے آئے میں بند لکھ دینا تے تو پڑھیں میں آکھا بابا جی کیڑی جادہ بندے انہا خمیر حسین میں مقتل اچھ بہین دا لانا لکھے میں آکھا بابا کیوے بابا جڑی گل کیتی ہے بابا دا لتھی اوپرے رنگ ویچ مامل تو مقتل ویچ جائی زہرہ دی تے اٹھ اگلیاں گوڑیاں ناہن لائیاں آئی خاک تے سید نہیں تو برداشت نہ کرے سے جی بسم اللہ میں نہ کراں تیرا جی رو پیں تا اگلا وینی سنا مچا بابا دے امیر حسین جی سونا پڑی آئی سونا لکھی آئی رننا بھی ہیں تو میرا دل پہ کر دے میں اگلی لینی لکھا ہوں میں اکھا جی جی واتا کھا لتھی او پرے رنگ وچ محمل تو او مقتل وچ جائی زہرا دی تے اٹھ اگلیاں گوڑیاں ناہن لائیاں آئی خاک دے سید جب آدھا ہی تم برداشت کرے سے میں اگلی لینہ پڑھا نوار جنی مصداق یرید اللہ دی تے بہن اوکھی گولی ہے مقتل وچ میری سین نے لاش صدقے ٹھہر بھائی ٹھہر انج نہیں جی میں میڈا دلے رونے تا دیکھے میدر میڈا لکھ دے نال آسو لڑے بابیا خمیر حسین جی لتھی اوپر رنگ وچ محمل توں
मकतल विच जाई जहरा दी ते उठ अगलियां गोडियां नहन लाइयां आई खाक ते सैय आए मैं सदके बाबा माफी मांग के अगली लाइन ही सुना ना इयो बंद लिखा ते मेरे आंसू लुड़े बाबे मोहम्मद यात आखे अमीर हुसैन बाबा ठत्ती वाला ही रो पाउंदा ई तू भी रो पिया मेरा दिल करदा है मैं एक वैण होर लिखावा मैं कहा बाबा किवें बाबे आखे अमीर हुसैन हाथां इंज रुदी ओए भिरा दी लाश उत्थां आई जंजा ते पत्थरां ते तीरां दा ढेर आई मेडिसिन रुद्यो हथा नाल पत्थर ते तीर हटाए किवें बाबा दे तशहद विच बहके आन दी मां ते आ लाश तू पत्थर हटाए हैं ओथी कूनिया कुल रंगीन गईया जदा हाथ पत्थरा तू जवान दा रोना औखा दे हाय करन वाला नहीं जिवें मैडा दिले तू रो पे अगला वैन धियां दे परदियों नी पत्थर ते तीर हटे तब भिरा नजर आया जदा भिरा नजर आए अगे तब भीण आले पासे मुंह आई कांड डूझे पासे वद जाए पासे भीण आई लाश ने कांड कीती हाले हाले वाडे गजल मडवीर मदने अख मैं मदीने आली ज़ैनबा ए नवा हाल किवें मैं तो देख के कंड की आवाज आई है नाराज आ वजह क्यों नाराज मैं जो कलहो का कुठा तू अज पई आनी है तड़ा हक नहीं बनता तू कल आई आवया तू अज पई आनी है मेरी भेन मैं सारे सजना का राह डिठे मैं सारे सजना सड मारे बाबे अली सड मारे बाबा अली आए बाबा मोहम्मद आए माँ बतूल आइए वीर हसन आए ते तू अज पई आनी है तेरा हक नहीं बनता तू कल आई हो बीबी आ दी मेरे वीर भेण दी मजबूरी आई दस केड़ी मजबूरी आई बीबी आ दी मजबूरी दस है शाम तेरी लाश तड़प वैसी आवाज आई है दस तो सही केड़ी मजबूरी आई बीबी आ दी जिगर संभाल ते मेरी मजबूरी सुन जिगर ते हाथ आए मैं कुर्बान हो जा मेरी सहन दी मजबूरी सुने भाई अख जाने ते सहन जाने बीबी आ दी सदा कातिल साडिया खैमिया विच वो बौंदेर खलोतारिया आदाई हुण किन गई जामिन परदिया दा मैं तू तन जाल पुछदा अल्लाहुम्मा लन कातिल हुसैन।